ਕੀ ਗੁਰ ਤਸਵੀਰਾਂ ਜ਼ਰੂਰੀ ਹਨ ਜਾਂ ਵਹਿਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਲ 1969-70 ਵਿੱਚ ਮੇਰੇ ਇੱਕ ਪੜ੍ਹੇ ਲਿਖੇ ਰਿਸ਼ਤੇਦਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਉਤਸਵ ਸਮੇਂ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਕਲਪਤ ਤਸਵੀਰਾਂ ਇਕੱਠੀਆਂ ਕੀਤੀਆਂ। ਕੁੱਲ 100 ਤਸਵੀਰਾਂ ਸਨ, ਪਰ ਹਰ ਤਸਵੀਰ ਇੱਕ ਦੂਜੀ ਨਾਲੋਂ ਵੱਖਰੀ ਅਤੇ ਪੋਜ਼ ਵੀ ਵੱਖਰੇ ਸਨ। ਮੈਨੂੰ ਨਹੀਂ ਯਾਦ ਕਿ ਉਹਨਾਂ ਦੀਆਂ ਗੁਰੂ ਦੀਆਂ ਬਣਾਈਆਂ ਕਲਪਤ ਤਸਵੀਰਾਂ ਬਾਰੇ ਕੀ ਰਾਏ ਸੀ, ਪਰ ਮੈਨੂੰ ਹੈਰਾਨਗੀ ਸੀ ਕਿ ਹਰ ਦੁਕਾਨ ਜਾਂ ਕਲਾਕਾਰ ਗੁਰੂਆਂ ਨੂੰ ਆਪਣੇ ਹੀ ਮਨ ਨਾਲ ਕਲਪਤ ਕਰਕੇ ਤਸਵੀਰਾਂ ਬਣਾਈ ਜਾ ਰਹੇ ਹਨ। ਦਾਸ ਦੀ ਗੁਰ ਤਸਵੀਰਾਂ ਨਾਲ ਸ਼ਰਧਾ ਬਣੀ ਰਹੀ ਅਤੇ ਵਿਸ਼ੇਸ਼ ਕਰਕੇ ਸਰਦਾਰ ਸ਼ੋਭਾ ਸਿੰਘ ਚਿੱਤਰਕਾਰ ਦੇ ਬਣੇ ਹੋਏ ਚਿੱਤਰਾਂ ਨੂੰ ਬਹੁਤ ਪਸੰਦ ਕੀਤਾ ਅਤੇ ਇਹ ਪ੍ਰਭਾਵ 1985-86 ਤੱਕ ਹੀ ਰਿਹਾ। ਜਦ ਗੁਰਮਤਿ ਦੀ ਸੋਝੀ ਪ੍ਰਾਪਤ ਹੋਈ ਤਾਂ ਘਰ 'ਚ ਕੋਈ ਵੀ ਕਲਪਤ ਗੁਰ ਚਿੱਤਰਾਂ ਨੂੰ ਨਹੀਂ ਰੱਖਿਆ, ਪਰ ਬੀਬੀਆਂ ਅੰਦਰ ਸ਼ਰਧਾ ਜ਼ਿਆਦਾ ਹੀ ਹੁੰਦੀ ਹੈ, ਜਿਸ ਕਾਰਨ ਕਲਪਤ ਤਸਵੀਰਾਂ ਬਣਾਉਣ ਵਾਲਿਆਂ ਦੀ ਦੁਕਾਨ ਚੱਲੀ ਜਾ ਰਹੀ ਹੈ ਅਤੇ ਸੌਦੇ ਵੇਖ ਰਹੇ ਹਨ। ਕਈ ਵਾਰ ਤਸਵੀਰਾਂ ਇੰਨੀਆਂ ਬੇਢੱਬੀਆਂ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਪਰ ਕਈ ਅੰਧ ਵਿਸ਼ਵਾਸ ਕਾਰਨ ਉਹੋ ਜਿਹੀਆਂ ਤਸਵੀਰਾਂ ਨੂੰ ਵੀ ਧੂਫ ਦਿੰਦੇ ਹਨ ਅਤੇ ਕਰਾਮਾਤੀ ਸਮਝਦੇ ਹਨ। 2 ਸਾਲ ਪਹਿਲਾਂ ਇੱਕ ਪਰਿਵਾਰ ਕਿਸੇ ਹੋਰ ਸੂਬੇ ਤੋਂ ਉੱਠ ਕੇ ਬ੍ਰਿਟਿਸ਼ ਕੋਲੰਬੀਆ 'ਚ ਵੱਸ ਗਿਆ। ਅਸੀਂ ਉਸ ਪਰਿਵਾਰ ਨੂੰ ਮਿਲਣ ਗਏ ਤੇ ਉਹਨਾਂ ਦੇ ਘਰ ਸ਼ੀਸ਼ੇ 'ਚ ਬਣੀ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਦੇਖੀ, ਜੋ ਕਿ ਘਟੀਆ ਦਰਜੇ ਦੀ ਸੀ ਅਤੇ ਜਿਵੇਂ ਕਿਸੇ ਪੇਂਡੂ ਅਮਲੀ ਦੇ ਖੱਤ ਕੱਢੇ ਹੋਣ, ਉਸ ਤਰ੍ਹਾਂ ਦਾ ਦਾੜੀ ਦਾ ਸਰੂਪ ਸੀ। ਮੈਂ ਜੁਰਤ ਨਾਲ ਆਖ ਦਿੱਤਾ ਕਿ ਇਹ ਤਸਵੀਰ ਕਿੱਥੋਂ ਲਈ ਹੈ ਅਤੇ ਇਸ ਨੂੰ ਤਾਂ ਦੇਖਣ ਨੂੰ ਮਨ ਨਹੀਂ ਕਰਦਾ, ਤੁਸੀਂ ਸਾਂਭ ਕੇ ਸਜਾਈ ਹੋਈ ਹੈ। ਉਹਨਾਂ ਦੀ ਬੀਬੀ ਨੇ ਉੱਤਰ ਦਿੱਤਾ, ਵੀਰ ਜੀ, ਅਸੀਂ ਇਹ ਫੋਟੋ ਕਰਕੇ ਹੀ ਕਈ ਹਜ਼ਾਰ ਮੀਲਾਂ ਦਾ ਪੈਂਡਾ ਤੈਅ ਕੀਤਾ, ਸਾਨੂੰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪਈ, ਹੁਣ ਇਹੋ ਜਿਹੀ ਸੋਚ ਨੂੰ ਕਿਵੇਂ ਬਦਲਿਆ ਜਾਵੇ? ਇਹਨਾਂ ਲੋਕਾਂ ਲਈ ਤਾਂ ਉਹ ਕਲਪਤ ਤਸਵੀਰ ਕਰਾਮਾਤੀ ਹੋ ਗਈ। ਜੇ ਪੁੱਛੀਏ ਕਿ ਤਸਵੀਰ ਨੇ ਕੀ ਕਰਾਮਾਤ ਦਿਖਾਈ ਤਾਂ ਕੋਈ ਉੱਤਰ ਨਹੀਂ ਮਿਲੇਗਾ। ਬਸ ਇਸ ਤਰ੍ਹਾਂ ਚਰਚਾ ਕਰਕੇ ਹੋਰ ਭੋਲੇ ਭਾਲੇ ਲੋਕਾਂ ਦਾ ਤਸਵੀਰਾਂ ਵਿੱਚ ਵਿਸ਼ਵਾਸ ਵਧੇਗਾ। ਜੇ ਕਿਸੇ ਨੂੰ ਕਲਪਿਤ ਤਸਵੀਰਾਂ ਬਾਰੇ ਦੱਸੀਏ ਕਿ ਇਹ ਮੂਰਤੀ ਪੂਜਾ ਗੁਰਮਤ ਦੇ ਅਨੁਕੂਲ ਨਹੀਂ, ਤਾਂ ਉਹਨਾਂ ਦਾ ਉੱਤਰ ਹੁੰਦਾ ਹੈ ਕਿ ਅਸੀਂ ਕਿਹੜਾ ਤਸਵੀਰਾਂ ਦੀ ਪੂਜਾ ਕਰਦੇ ਹਾਂ, ਇਹ ਤਾਂ ਸਿਰਫ ਬੱਚਿਆਂ ਨੂੰ ਦੱਸਣ ਲਈ ਲਗਾਈਆਂ ਹਨ। ਜੇ ਅਸੀਂ ਮੰਨ ਲਈਏ ਕਿ ਕਲਪਿਤ ਤਸਵੀਰਾਂ ਨਾਲ ਗੁਰਮਤ ਦਾ ਪ੍ਰਚਾਰ ਹੋਵੇਗਾ, ਤਾਂ ਹੁਣ ਸਭਨੀ ਥਾਈਂ ਗੁਰਮਤ ਸਿਧਾਂਤਾਂ ਦਾ ਅਸਰ ਪ੍ਰਤੱਖ ਦਿਖਾਈ ਦਿੰਦਾ। ਸ਼ਾਇਦ ਲੋਕਾਂ ਨੂੰ ਭੁਲੇਖਾ ਹੈ ਕਿ ਤਸਵੀਰਾਂ ਤੇ ਬੁੱਤ ਇੱਕ ਨਹੀਂ। ਬੁੱਤ ਭਾਵੇਂ ਮਿੱਟੀ ਦਾ ਜਾਂ ਪੱਥਰ ਦਾ ਹੋਵੇ, ਪੇਪਰ ਜਾਂ ਕਾਗਜ਼ ਉੱਪਰ ਬਣੀ ਤਸਵੀਰ ਸਭ ਇੱਕੋ ਹੀ ਭਾਵਨਾ ਅਨੁਸਾਰ ਬਣੇ ਹੋਏ ਹਨ। ਜੋ ਲੋਕ ਮੰਦਰਾਂ ਅੰਦਰ ਬੁੱਤਾਂ ਨੂੰ ਪੂਜਦੇ ਹਨ, ਉਹ ਤਸਵੀਰਾਂ ਨੂੰ ਵੀ ਧੂਫ ਦਿੰਦੇ ਹਨ। ਪੰਥਕ ਤੌਰ ਤੇ ਸਮੂਹ ਸਿੱਖਾਂ ਨੂੰ ਹਦਾਇਤ ਹੈ ਕਿ ਗੁਰਦੁਆਰਿਆਂ ਅੰਦਰ ਮੂਰਤੀਆਂ ਬੁੱਤ ਬਣਾਉਣੀਆਂ ਜਾਂ ਰੱਖਣੀਆਂ, ਗੁਰੂ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮਤ ਹਨ। ਕਈ ਵੀਰ ਉਪਰੋਕਤ ਹਦਾਇਤ ਦੀ ਵਿਆਖਿਆ ਆਪਣੀ ਮਰਜ਼ੀ ਨਾਲ ਕਰਦੇ ਤੇ ਆਖਦੇ ਹਨ, ਅਸੀਂ ਗੁਰੂਆਂ ਦੀਆਂ ਤਸਵੀਰਾਂ ਲਗਾਈਆਂ ਹਨ ਪਰ ਉਹਨਾਂ ਦੀ ਪੂਜਾ ਨਹੀਂ ਕਰਦੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਤਸਵੀਰਾਂ ਪਿੱਛੇ ਮੰਤਵ ਕੀ ਹੋ ਸਕਦਾ। ਮੇਰਾ ਖਿਆਲ ਹੈ ਕਿ ਸਾਡੇ ਉੱਤੇ ਬਹੁ ਗਿਣਤੀ ਵਾਲੇ ਗੁਆਂਢੀ ਕੌਮ ਦੀਆਂ ਸਨਾਤਨੀ ਪਰੰਪਰਾਵਾਂ ਅਸਰ ਵਧੇਰੇ ਹੋ ਰਿਹਾ। ਸਰਕਾਰ ਜਾਂ ਬਹੁ ਗਿਣਤੀ ਵਾਲੀ ਕੌਮ ਨੇ ਪਹਿਲਾਂ ਵੀ ਯਤਨ ਕੀਤਾ ਅਤੇ ਹੁਣ ਅਜਿਹੇ ਯਤਨ ਸਰਕਾਰੀ ਪੱਧਰ ਤੇ ਹੋ ਰਹੇ ਹਨ ਕਿ ਸਿੱਖਾਂ ਦੀ ਛੋਟੀ ਜਿਹੀ ਕੌਮ ਨੂੰ ਹੜੱਪ ਕਰ ਲਿਆ ਜਾਵੇ।
ਇਤਿਹਾਸ ਗਵਾਹ ਹੈ ਕਿ ਉਹਨਾਂ ਨੇ ਦੇਸ਼ ਦੀਆਂ ਵੱਡੀਆਂ ਧਾਰਮਿਕ ਲਹਿਰਾਂ ਦਾ ਵੀ ਤਕਰੀਬਨ ਭੋਗ ਹੀ ਪਾ ਦਿੱਤਾ, ਜਿਵੇਂ ਬੁੱਧ ਧਰਮ ਤੇ ਜੈਨ ਧਰਮ। ਜੇ ਬੋਧੀਆਂ ਦੀ ਹੋਂਦ ਹੈ ਤਾਂ ਉਹਨਾਂ ਨੂੰ ਵੀ ਬੁੱਤ ਪੂਜਣ ਲਾ ਦਿੱਤਾ। ਹੁਣ ਉਹਨਾਂ ਦਾ ਜ਼ਿਆਦਾ ਜ਼ੋਰ ਸਿੱਖਾਂ ਪ੍ਰਤੀ ਹੈ। ਤਾਂਹੀਓ ਕਈ ਗੁਰੂ ਘਰਾਂ ਵਿੱਚ ਗੁਰੂਆਂ ਦੀਆਂ ਕਲਪਤ ਤਸਵੀਰਾਂ ਮਿਲਦੀਆਂ ਹਨ ਅਤੇ ਚਿੱਤਰਕਾਰ ਆਪਣੀ ਕਮਾਈ ਵਿੱਚ ਵਾਧਾ ਕਰਨ ਲਈ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਕਲਪਤ ਤਸਵੀਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਨ। ਗੁਰੂ ਸਾਹਿਬਾਨ ਨੇ ਸਾਡੇ ਲਈ ਸਪਸ਼ਟ ਸਿਧਾਂਤ ਦਿੱਤੇ ਹਨ ਤੇ ਕੌਮ ਨੂੰ ਵਿਲੱਖਣ ਹਸਤੀ ਵੀ ਪ੍ਰਦਾਨ ਕੀਤੀ ਹੈ ਅਤੇ ਗੁਰੂ ਗਿਆਨ ਨਾਲ ਭਰਪੂਰ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾਇਆ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਹਨ, ਗੁਰਮਤ ਵਿੱਚ ਮੂਰਤੀ ਪੂਜਣ ਦਾ ਨਿਸ਼ੇਧ ਕੀਤਾ ਗਿਆ ਹੈ। ਗੁਰਮਤ ਮਾਰਤੰਡ ਪੰਨਾ 782। ਇਸ ਪ੍ਰਤੀ ਗੁਰੂ ਸਾਹਿਬਾਨ ਨੇ ਸਾਨੂੰ ਗੁਰਬਾਣੀ ਦੁਆਰਾ ਹੁਕਮਨਾਮੇ ਜਾਰੀ ਕੀਤੇ ਹਨ ਜੋ ਮੁੱਢਲੇ ਰੂਪ ਵਿੱਚ ਸਾਡੇ ਪਾਸ ਹਨ। ਅੰਧੇ ਗੁੰਗੇ ਅੰਧ ਅੰਧਾਰ, ਪਾਥਰ ਲੈ ਪੂਜੈ ਮੁਗਧ ਗਵਾਰ, ਉਹ ਜਾਂ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ, ਪੰਨਾ 556। ਲੋਕ ਅੰਨੇ ਤੇ ਗੁੰਗੇ ਹੋ ਗਏ ਹਨ, ਭਾਵ ਚੁੱਪ ਜਾਂ ਖਾਮੋਸ਼ ਹੋ ਗਏ। ਤਾਂਹੀਓ ਮੂਰਖ ਲੋਕ ਪੱਥਰਾਂ ਨੂੰ ਪੂਜੀ ਜਾ ਰਹੇ ਹਨ। ਜਿਹੜਾ ਪੱਥਰ ਆਪ ਡੁੱਬ ਜਾਂਦਾ ਹੈ ਉਹ ਹੋਰਨਾਂ ਨੂੰ ਕਿਵੇਂ ਤਾਰ ਸਕਦਾ ਹੈ। ਕਬੀਰ ਠਾਕੁਰ ਪੂਜੈ ਮੋਲੇ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੈ ਜੋ ਰਹਿ ਬੂਢੇ ਕਾਲੀ ਧਾਰ, ਪੰਨਾ 1371। ਕਬੀਰ ਸਾਹਿਬ ਆਖਦੇ ਹਨ ਕਿ ਜੋ ਲੋਕ ਮੂਰਤੀ ਮੁੱਲ ਖਰੀਦ ਕੇ ਉਸਦੀ ਪੂਜਾ ਕਰਦੇ ਹਨ ਅਤੇ ਹੱਠ ਕਰਕੇ ਤੀਰਥ ਯਾਤਰਾ ਕਰਦੇ ਹਨ, ਉਹ ਇੱਕ ਦੂਜੇ ਨੂੰ ਦੇਖ ਭਾਵ ਦੇਖਾ ਦੇਖੀ ਇਹ ਕਰਮ ਕਰਦੇ ਹਨ ਤੇ ਭਟਕ ਜਾਂਦੇ ਹਨ। ਉਹਨਾਂ ਨੂੰ ਕੋਈ ਆਨੰਦ ਨਹੀਂ ਆਉਂਦਾ, ਸਾਰਾ ਜਗਤ ਹੀ ਪੱਥਰਾਂ ਨੂੰ ਪਰਮੇਸ਼ਰ ਮਿੱਥ ਕੇ ਪੂਜ ਰਿਹਾ ਹੈ ਅਤੇ ਇਸ ਰਾਹ ਤੇ ਤੁਰੇ ਹੋਏ ਲੋਕ ਸਮਝੋ ਡੂੰਘੇ ਪਾਣੀਆਂ ਵਿੱਚ ਡੁੱਬ ਰਹੇ ਹਨ, ਭਾਵ ਉਹਨਾਂ ਨੇ ਘੁੰਮਣ ਘੇਰੀਆਂ ਵਿੱਚ ਗੁਆਚ ਜਾਣਾ ਹੈ। ਜੋ ਪਾਥਰ ਕੁਕੈ ਤੇ ਦੇਵ, ਤਾਂ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆਂ ਕਉ ਪ੍ਰਭ ਦਾਨ ਦੇਤਾ ਰਹਾਉ, ਅੰਤਰ ਦਿਓ ਨਾ ਜਾਣੇ ਅੰਧ, ਭ੍ਰਮ ਕਾ ਮੋਇਆ ਪਾਵੈ ਫੰਦ, ਨਾ ਪਾਥਰ ਬੋਲੈ ਨਾ ਕਿਛ ਦੇ, ਫੋਕਟ ਕਰਮ ਨਿਫਲ ਹੈ ਸੇਵ, ਪੰਨਾ 1160। ਜੋ ਲੋਕ ਪੱਥਰ ਦੀ ਮੂਰਤੀ ਨੂੰ ਰੱਬ ਜਾਂ ਪਰਮਾਤਮਾ ਆਖਦੇ ਹਨ ਉਹਨਾਂ ਦੀ ਸਾਰੀ ਸੇਵਾ ਵਿਅਰਥ ਜਾਂਦੀ ਹੈ ਅਤੇ ਜੋ ਮੂਰਤੀ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਨ ਉਹਨਾਂ ਦੀ ਸਾਰੀ ਮਿਹਨਤ ਨਿਸਫਲ ਚਲੀ ਜਾਂਦੀ ਹੈ। ਸਾਡਾ ਪਰਮਾਤਮਾ ਤਾਂ ਸਦਾ ਬੋਲਦਾ ਹੈ ਅਤੇ ਸਾਰੇ ਜੀਆਂ ਨੂੰ ਦਾਤਾਂ ਦਿੰਦਾ, ਮੂਰਖ ਨੂੰ ਪਤਾ ਨਹੀਂ ਕਿ ਪਰਮਾਤਮਾ ਉਸਦੇ ਅੰਦਰ ਹੀ ਹੈ ਅਤੇ ਵਹਿਮ ਭਰਮ ਅਧੀਨ ਆਪਣੇ ਆਪ ਜਾਲ 'ਚ ਫਸਦਾ ਹੈ। ਇਹ ਪੱਥਰ ਦੀ ਮੂਰਤੀ ਨਾ ਬੋਲਦੀ ਤੇ ਨਾ ਕੁਛ ਦੇ ਸਕਦੀ ਹੈ। ਅਜਿਹੇ ਫੋਕਟ ਕਰਮ ਭਾਵ ਮੂਰਤੀ ਪੂਜਾ ਕਰਨਾ ਵਿਅਰਥ ਹੀ ਹੈ, ਕੋਈ ਫਲ ਪ੍ਰਾਪਤ ਨਹੀਂ ਹੋ ਸਕਦਾ। ਉਪਰੋਕਤ ਪ੍ਰਮਾਣਾਂ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਕਿ ਗੁਰਮਤ ਬੁੱਤ ਪੂਜਾ ਦਾ ਡਟ ਕੇ ਖੰਡਨ ਕਰਦੀ, ਭਾਵੇਂ ਗੁਰ ਤਸਵੀਰਾਂ ਦੇ ਹੱਕੀ ਲੋਕ ਦਾਅਵਾ ਕਰਦੇ ਹਨ ਕਿ ਉਹ ਤਸਵੀਰਾਂ ਦੀ ਪੂਜਾ ਨਹੀਂ ਕਰਦੇ, ਪਰ ਮੇਰਾ ਆਪਣਾ ਤਜਰਬਾ ਹੈ ਕਿ ਇਸ ਤੱਥ ਵਿੱਚ ਪੂਰੀ ਸੱਚਾਈ ਨਹੀਂ। ਮੈਂ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਤਸਵੀਰਾਂ ਨੂੰ ਧੂਪ ਦਿੰਦਿਆਂ ਦੇਖਿਆ ਹੈ। ਘਰਾਂ ਵਿੱਚ ਜੇ ਤਸਵੀਰਾਂ ਹੋਣਗੀਆਂ ਤਾਂ ਮਾਤਾ ਪਿਤਾ ਸੁਭਾਵਕ ਹੀ ਛੋਟੇ ਬੱਚਿਆਂ ਨੂੰ ਆਖਦੇ ਦੇਖੇ ਹਨ, ਦੇਖੋ ਬੱਚੂ, ਬਾਬਾ ਜੀ ਟੇਕੋ ਮੱਥਾ।
ਬਸ ਇਹੀ ਮੂਰਤੀ ਪੂਜਾ ਲਈ ਗੁੜਤੀ ਹੈ। ਨਾਨਕ ਨਾਮ ਜਹਾਜ਼ ਵਿੱਚ ਫਿਲਮੀ ਅਦਾਕਾਰ ਗੁਰੂ ਨਾਨਕ ਦੀ ਕਲਪਤ ਤਸਵੀਰ ਅੱਗੇ ਜੋਦੜੀ ਕਰਦੇ ਦਿਖਾਏ ਗਏ। ਭਾਵੇਂ ਸਿੱਖਾਂ ਦੀ ਮੁੱਖ ਜਥੇਬੰਦੀ ਨੇ ਇਸ ਫਿਲਮ ਨੂੰ ਚੰਗੀ ਆਖ ਹੱਕ ਵਿੱਚ ਹਾਮੀ ਭਰੀ ਸੀ, ਪਰ ਗੁਰਮਤਿ ਦੇ ਉਲਟ ਹੋ ਰਹੇ ਕਰਮ ਨੂੰ ਅਣਡਿੱਠ ਕਰ ਦਿੱਤਾ। ਲੋਕਾਈ ਨੇ, ਛੋਟੇ ਬੱਚਿਆਂ ਨੇ ਉਸ ਕਰਮ ਦਾ ਭਾਵ ਤਸਵੀਰ ਅੱਗੇ ਅਰਦਾਸ ਕਰਨ ਦਾ ਪ੍ਰਭਾਵ ਜ਼ਰੂਰ ਲਿਆ ਹੋਵੇਗਾ। ਅੱਜ ਸ਼ਹਿਰਾਂ ਵਿੱਚ ਪਲਾਸਟਿਕ ਦੇ ਗੁਰੂ ਨਾਨਕ ਦੇ ਬੁੱਤ ਬਣ ਗਏ ਅਤੇ ਸ਼ੈਤਾਨ ਲੋਕਾਂ ਨੇ ਉਸ ਵਿੱਚ ਬਿਜਲੀ ਦੇ ਲਾਟੂ ਵੀ ਫਿੱਟ ਕਰ ਦਿੱਤੇ ਅਤੇ ਸ਼ਰਧਾ ਸਹਿਤ ਲੋਕਾਂ ਨੇ ਉਹਨਾਂ ਪਲਾਸਟਿਕ ਦੇ ਛੋਟੇ ਛੋਟੇ ਬੁੱਤਾਂ ਨੂੰ ਆਪਣੇ ਘਰਾਂ ਵਿੱਚ ਸਜਾਇਆ ਹੋਇਆ ਹੈ। ਮਹਿੰਦੀਆਣਾ ਵਿਖੇ ਅੰਧੀ ਲੋਕਾਈ ਬੁੱਤਾਂ ਨੂੰ ਦੇਖਣ ਜਾ ਰਹੀ ਹੈ ਅਤੇ ਉਹਨਾਂ ਦੀ ਆਮਦਨ ਬਹੁਤ ਵੱਧ ਗਈ ਅਤੇ ਇਸ ਦੀ ਹੋਰ ਲੋਕਾਂ ਵਿੱਚ ਨਕਲ ਕੀਤੀ ਜਾ ਰਹੀ ਹੈ। ਅਨੇਕਾਂ ਵਾਰ ਚਰਚਾ ਹੋਈ ਹੈ ਕਿ ਫਲਾਣੇ ਗੁਰਦੁਆਰੇ ਵਿੱਚ ਗੁਰੂਆਂ ਦੇ ਬੁੱਤ ਬਣਾ ਕੇ ਲਗਾਏ ਜਾ ਰਹੇ ਹਨ, ਪਰ ਲੋਕਾਂ ਨੂੰ ਗੁਰਮਤ ਕੌਣ ਦਿੜਾਵੇ। ਇਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਿਆਨ ਦੇਣਾ ਚਾਹੀਦਾ ਹੈ। ਪੰਥ ਦੇ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਤੇ ਭਾਈ ਵੀਰ ਸਿੰਘ ਹੋਰਾਂ ਆਪਣੇ ਵੱਲੋਂ ਯਤਨ ਕੀਤਾ ਕਿ ਇਹ ਗੁਰ ਤਸਵੀਰਾਂ ਦੀ ਬਿਮਾਰੀ ਜ਼ਿਆਦਾ ਨਾ ਫੈਲ ਜਾਵੇ ਅਤੇ ਜਿਤਨੀ ਕੋ ਫੈਲੀ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ। ਸਾਲ 1950 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਫੈਸਲਾ ਲੈਣ ਸੰਬੰਧੀ ਕੁਝ ਵਿਦਵਾਨਾਂ ਦੀਆਂ ਰਾਵਾਂ ਮੰਗੀਆਂ। ਉਹ ਚਾਹੁੰਦੇ ਸਨ ਕਿ ਵਧੀਆ ਚਿੱਤਰਕਾਰਾਂ ਪਾਸੋਂ ਗੁਰ ਤਸਵੀਰਾਂ ਬਣਾਈਆਂ ਜਾਣ ਅਤੇ ਉਹੀ ਤਸਵੀਰਾਂ ਪ੍ਰਚਲਿਤ ਕੀਤੀਆਂ ਜਾਣ। ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੇ ਵਿਚਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਲਿਖੀ ਚਿੱਠੀ ਵਿੱਚ ਪ੍ਰਗਟ ਕੀਤਾ। ਉਹ ਇਸ ਤਰ੍ਹਾਂ ਹੈ, ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਕਿ ਤੁਸਾਂ ਸਿਰਫ ਇੱਕੋ ਪੱਖ ਹੀ ਲਿਆ ਹੈ। ਤੁਸਾਂ ਇਹ ਪਹਿਲਾਂ ਹੀ ਮਿਥ ਲਿਆ ਹੈ ਕਿ ਤਸਵੀਰਾਂ ਬਣਾਉਣ ਵਿੱਚ ਕੋਈ ਹਰਜ ਨਹੀਂ ਅਤੇ ਤਸਵੀਰ ਬਣਾਇਆ ਸਿੱਖ ਧਰਮ ਦੇ ਪ੍ਰਚਾਰ ਵਿੱਚ ਵਾਧਾ ਹੋਏਗਾ। ਚੰਗੇ ਜਾਂ ਮੰਦੇ ਭਾਗਾਂ ਨੂੰ ਅਸੀਂ ਉਸ ਕੌਮ ਵਿੱਚ ਬਣੇ ਤੇ ਹੁਣ ਤੱਕ ਉਹਨਾਂ ਦੇ ਨਿਕਟੀ ਗੁਆਂਢੀ ਹਾਂ ਜੋ ਬੁੱਤ ਪੂਜ ਹਨ ਅਤੇ ਆਪਣੇ ਮਹਾਂਪੁਰਖਾਂ ਦੇ ਸਾਗ ਬਣਾ ਕੇ ਉਹਨਾਂ ਨੂੰ ਰਾਸਾਂ ਵਿੱਚ ਨਚਾਉਣਾ ਮਾੜੀ ਗੱਲ ਨਹੀਂ ਸਮਝਦੇ। ਇਹ ਬੜੀ ਔਖੀ ਖੇਡ ਸੀ ਕਿ ਖਾਲਸਾ ਪੰਥ ਉਸੇ ਨਿਸ਼ਾਨੇ ਤੇ ਟਿਕਿਆ ਰਹਿੰਦਾ ਜੋ ਗੁਰੂ ਪਾਤਸ਼ਾਹ ਨੇ ਇਸ ਨੂੰ ਸੌਂਪਿਆ ਸੀ। ਅਸੀਂ ਵੀ ਧਰਮ ਨੂੰ ਉਸੇ ਉੱਪਰਲੇ ਢੰਗ ਨਾਲ ਦੇਖਣ ਲੱਗ ਪਏ ਹਾਂ, ਇਸ ਕਰਕੇ ਸਾਨੂੰ ਉਹ ਬੁੱਤ ਪ੍ਰਸਤੀ ਹੋਰ ਰੂਪਾਂ ਵਿੱਚ ਖਿੱਚ ਪਾ ਰਹੀ ਹੈ। ਮੁਸਲਮਾਨ ਵੀ ਸਾਡੇ ਗੁਆਂਢੀ ਹਨ, ਪਰ ਹਿੰਦੂ ਕੌਮ ਤੋਂ ਲਈ ਹੋਈ ਛੂਤਛਾਤ ਤੇ ਤੁਰਕਾਂ ਦੇ ਪਿਛਲੇ ਕੀਤੇ ਜ਼ੁਲਮਾਂ ਨੇ ਸਾਨੂੰ ਉਹਨਾਂ ਤੋਂ ਕੁਝ ਸਿੱਖਣ ਨਹੀਂ ਦਿੱਤਾ। ਉਹ ਲੋਕ ਤਸਵੀਰਾਂ ਤੇ ਬੁੱਤਾਂ ਤੋਂ ਬਿਨਾਂ ਹੀ ਬੇਗਾਨੀ ਬੋਲੀ ਅਰਬੀ ਵਿੱਚ ਮਿਲੀ ਹੋਈ ਬਾਣੀ ਨੂੰ ਪਿਆਰ ਕਰਨ ਤੇ ਉਸ ਅਨੁਸਾਰ ਆਪਣਾ ਜੀਵਨ ਬਣਾਉਣ ਦੇ ਯਤਨ ਕਰਦੇ ਆ ਰਹੇ ਹਨ ਅਤੇ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਨ। ਭਾਈ ਗੁਰਦਾਸ ਜੀ ਨੇ ਬੜੇ ਹੀ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਹੈ, ਗੁਰਮੂਰਤ ਗੁਰ ਸ਼ਬਦ ਹੈ, ਇਹ ਅਮਰ ਤਸਵੀਰ ਗੁਰ ਸ਼ਬਦ ਦੇ ਹੁੰਦਿਆਂ ਸਿੱਖ ਕੌਮ ਨੂੰ ਮੁੜ ਨਾਸ਼ਵੰਤ ਤਸਵੀਰਾਂ ਵੱਲ ਪ੍ਰੇਰਨ ਦੇ ਯਤਨ ਪੰਥ ਨੂੰ ਹਜ਼ਾਰਾਂ ਸਾਲ ਪਿਛਾਂ ਲੈ ਜਾਣ ਦਾ ਵਸੀਲਾ ਬਣ ਗਏ ਹਨ। ਪਰ ਤਸਵੀਰ ਵੀ ਉਹ ਜੋ ਨਿਰੋਲ ਫਰਜੀ ਬਣਨੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਰੱਬੀ ਬਾਣ ਸੱਚਮੁੱਚ ਆਪਣਾ ਤਿੱਖਾ ਕਦਮ ਪਾ ਚੁੱਕੇ ਹਨ ਕਿ ਇਹਨਾਂ ਦਾ ਅਸਰ ਪਾਉਣ ਲਈ ਫਰਜੀ ਤਸਵੀਰਾਂ ਦੀ ਲੋੜ ਪੈ ਗਈ ਹੈ। ਇਸਲਾਮ ਨੂੰ ਇਹ ਲੋੜ ਨਹੀਂ ਪਈ। ਨਿੱਕੇ ਨਿੱਕੇ ਗੁਰੂ ਬਣਨ ਦੇ ਚਾਹਵਾਨ ਅਤੇ ਮੱਥੇ ਟਿਕਾਉਣ ਦੇ ਆਸ਼ਕ ਕਈ ਸੰਤ ਮਹੰਤ ਹੁਣੇ ਹੀ ਇਹਨਾਂ ਤਸਵੀਰਾਂ ਨੂੰ ਧੂਪ ਤਕਾਉਂਦੇ, ਸਿਹਰੇ ਪਾਉਂਦੇ, ਮੱਥੇ ਟਿਕਾਉਂਦੇ ਦੇਖੇ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਤਸਵੀਰਾਂ ਰੱਖ ਕੇ ਹਰੇਕ ਸਿੱਖ ਨੂੰ ਤਸਵੀਰਾਂ ਅੱਗੇ ਨਿਵਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਜਦੋਂ ਇਸ ਤਸਵੀਰ
ਸਾਜੀ ਤੇ ਸ਼੍ਰੋਮਣੀ ਕਮੇਟੀ ਦੀ ਮੋਹਰ ਲੱਗ ਗਈ। ਰੱਬ ਜਾਣੇ ਇਹਨਾਂ ਤਸਵੀਰਾਂ ਦੀ ਆਰਤੀ ਉਤਾਰਨ ਵਿੱਚ ਕੀ ਕੁਝ ਨਹੀਂ ਹੋਇਆ ਕਰੇਗਾ। ਇਹ ਤਸਵੀਰਾਂ ਫਿਰ ਵਰਤੀਆਂ ਕਿਵੇਂ ਨਹੀਂ ਜਾਣਗੀਆਂ। ਘਰਾਂ ਵਿੱਚ ਲੋਕ ਲਟਕਾਉਣਗੇ ਤੇ ਇਹ ਇਸ ਤਰ੍ਹਾਂ ਇਹ ਤਸਵੀਰਾਂ ਕਮਰਿਆਂ ਦੀ ਸਿਰਫ ਸਜਾਵਟ ਦਾ ਕੰਮ ਦੇ ਕੇ ਉਨਾ ਹੀ ਆਦਰ ਸਤਿਕਾਰ ਲੈ ਜਾਣਗੀਆਂ ਜਿਤਨਾ ਘਰ ਦੇ ਮਾਲਕ ਦੀਆਂ ਹੋਰ ਤਸਵੀਰਾਂ। ਸੁੱਤੇ ਹੀ ਸਿੱਖ ਆਪਣੇ ਗੁਰੂ ਪਾਤਸ਼ਾਹ ਦੇ ਸਤਿਕਾਰ ਬਾਰੇ ਕਿੱਥੇ ਅੱਪੜ ਜਾਏਗਾ। ਗੁਰੂ ਦੀ ਤਸਵੀਰ ਕਮਰੇ ਦੀ ਸਜਾਵਟ ਵਾਸਤੇ ਸੋਹਣੀਆਂ ਸੋਹਣੀਆਂ ਕੁੜੀਆਂ ਸਿਨੇਮੇ ਦੀਆਂ ਤਸਵੀਰਾਂ ਦੀ ਬਰਾਬਰੀ ਤੇ ਪਹੁੰਚ ਜਾਏਗੀ। ਹੁਣੇ ਹੀ ਪਹੁੰਚੀ ਹੋਈ ਹੈ। ਤਸਵੀਰਾਂ ਦੇ ਸ਼ੌਕੀਨਾਂ ਦੇ ਘਰਾਂ ਵਿੱਚ ਜਾ ਕੇ ਵੇਖ ਲਓ। ਇਸ ਤਰ੍ਹਾਂ ਤਸਵੀਰਾਂ ਦੀ ਸਰਪ੍ਰਸਤ ਬਣ ਕੇ ਸ਼੍ਰੋਮਣੀ ਕਮੇਟੀ ਗੁਰਮੂਰਤ ਗੁਰ ਸ਼ਬਦ ਹੈ ਵੱਲੋਂ ਸਿੱਖਾਂ ਨੂੰ ਹਟਾ ਤਸਵੀਰ ਪੂਜ ਬਣਾਏਗੀ। ਸਾਹਿਬ ਸਿੰਘ ਜੀ, ਇਸਲਾਮ ਧਰਮ ਤਕਰੀਬਨ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ। ਇਹੀ ਡਰ ਈਸਾਈ ਜਗਤ ਨੂੰ ਮਾਰ ਰਿਹਾ ਹੈ ਅਤੇ ਈਸਾਈ ਜਗਤ ਨੇ ਆਪਣੀ ਤਾਕਤ ਨਾਲ ਫਰਾਂਸ ਵਿੱਚ ਧਾਰਮਿਕ ਅਧਿਕਾਰਾਂ ਨੂੰ ਵੀ ਖਤਮ ਕਰ ਦਿੱਤਾ, ਜਿਸ ਦੀ ਲਪੇਟ ਵਿੱਚ ਸਿੱਖ ਵੀ ਆ ਗਏ। 11 ਸਤੰਬਰ ਤੋਂ ਪਿੱਛੋਂ ਅਮਰੀਕਾ ਵਿੱਚ ਮੁਸਲਮਾਨਾਂ ਦੀ ਆਬਾਦੀ ਘਟੀ ਨਹੀਂ ਸਗੋਂ ਵਧੀ ਹੈ। ਉਹ ਤਸਵੀਰ ਜਾਂ ਬੁੱਤ ਨੂੰ ਨਹੀਂ ਮੰਨਦੇ ਅਤੇ ਇਸਲਾਮ ਦੇ ਸਿਧਾਂਤਾਂ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦੇ ਹਨ। ਕੁਝ ਸਾਲ ਪਹਿਲਾਂ ਵੈਨਕੂਵਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਪੁਰਾਤਨ ਫੌਜੀਆਂ ਦੇ ਘੋੜਿਆਂ ਉੱਤੇ ਅਸਵਾਰ ਹੋਇਆਂ ਦੇ ਬੁੱਤ ਲਗਾਏ ਗਏ, ਭਾਵ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ। ਵਿਸ਼ੇਸ਼ ਤੌਰ ਤੇ ਬੁੱਤ ਘਾੜੇ ਇੰਡੀਆ ਤੋਂ ਮੰਗਾਏ, ਕਾਫੀ ਖਰਚ ਹੋਇਆ। ਇਸ ਬਾਰੇ ਬਹੁਤ ਹੀ ਚਰਚਾ ਹੋਈ। ਪ੍ਰਬੰਧਕਾਂ ਦੇ ਵਿਰੋਧੀ ਧੜੇ ਨੇ ਤਾਂ ਇਹਨਾਂ ਪੁਰਾਣੇ ਸਿੰਘਾਂ ਦੇ ਬੁੱਤਾਂ ਨੂੰ ਮਨਮਤ ਤੇ ਬੁੱਤ ਪੂਜਾ ਕਰਾਉਣ ਦਾ ਆਰੰਭ ਦੱਸਿਆ। ਚਲੋ, ਹਾਵੀ ਕਮੇਟੀ ਦਾ ਫੈਸਲਾ ਸੀ ਤੇ ਕੁਝ ਸਾਲ ਫੌਜੀ ਘੋੜ ਸਵਾਰਾਂ ਦੇ ਬੁੱਤ ਗੁਰਦੁਆਰਾ ਸਾਹਿਬ ਦੇ ਬਾਹਰ ਸ਼ੋਭਤ ਰਹੇ। ਇਹ ਫੌਜੀ 1897 ਵਿੱਚ ਕੈਨੇਡਾ ਆਏ ਸਨ ਤੇ ਇਹਨਾਂ ਦੀ ਫੋਟੋ ਮੌਜੂਦ ਸੀ ਤੇ ਉਸ ਫੋਟੋ ਨੂੰ ਆਧਾਰ ਬਣਾ ਕੇ ਬੁੱਤ ਘੜੇ ਗਏ। ਜਦੋਂ ਨਵੇਂ ਧੜੇ ਦਾ ਗੁਰਦੁਆਰਾ ਕਮੇਟੀ ਤੇ ਕਬਜ਼ਾ ਹੋ ਗਿਆ ਤਾਂ ਉਹਨਾਂ ਝੱਟ ਪੱਟ ਫੈਸਲਾ ਕਰਕੇ ਬੁੱਤ ਪੁੱਟ ਸੁੱਟੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਬੁੱਤ ਨੂੰ ਉਸੇ ਤਰ੍ਹਾਂ ਹੀ ਰਹਿਣ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੀ ਪੱਥਰ ਦੀ ਫੋਟੋ ਬੁੱਤ ਗੁਰਦੁਆਰਾ ਸਾਹਿਬ ਦੇ ਅੱਗੇ ਲੱਗੀ ਹੋਈ ਹੈ, ਉਹ ਵੀ ਗੁਰਮਤ ਦੇ ਸਿਧਾਂਤਾਂ ਤੋਂ ਉਲਟ ਹੈ। ਕਈ ਭੋਲੇ ਭਾਲੇ ਲੋਕ ਉਸ ਕਲਪਤ ਮੂਰਤੀ ਨੂੰ ਮੱਥਾ ਟੇਕਦੇ ਹਨ। ਜ਼ਿਆਦਾਤਰ ਪ੍ਰਬੰਧਕਾਂ ਦਾ ਗੁਰਮਤ ਨੂੰ ਫੈਲਾਉਣ ਤੇ ਮਨਮਤ ਨੂੰ ਹਟਾਉਣ ਦੀ ਕੋਈ ਗੱਲ ਨਹੀਂ। ਅਸਲ ਮੁੱਦਾ ਤਾਂ ਹੈਂਕੜਬਾਜ਼ੀ ਦਾ ਅਤੇ ਹਿੰਡ ਭਗਾਉਣ ਦਾ ਹੁੰਦਾ ਹੈ। ਉਪਰੋਕਤ ਫੌਜੀ ਸਿੰਘਾਂ ਦੇ ਬੁੱਤਾਂ ਨਾਲ ਇੱਕ ਹੋਰ ਧੜਾ ਵੀ ਅਸਹਿਮਤ ਸੀ ਅਤੇ ਉਹਨਾਂ ਨੇ ਆਪਣਾ ਵੱਖਰਾ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਿਆ। ਇਹ ਪ੍ਰਬੰਧਕ ਤਕਰੀਬਨ ਸਾਰੇ ਹੀ ਅੰਮ੍ਰਿਤਧਾਰੀ ਹਨ ਤੇ ਸਿੱਖ ਰਹਿਤ ਮਰਜ਼ਾਦਾ ਨੂੰ ਆਧਾਰ ਮੰਨ ਕੇ ਪ੍ਰਬੰਧ ਚਲਾਉਂਦੇ ਹਨ। ਸਿੱਖ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕਰਦੇ ਹਨ। ਉਹਨਾਂ ਨੂੰ ਜਿੱਥੇ ਕੀਰਤਨ ਤੇ ਤਬਲਾ ਸਿੱਖਣ ਦੀ ਸਹੂਲਤ ਹੈ, ਉੱਥੇ ਉਹਨਾਂ ਨੂੰ ਕੀਰਤਨ ਕਰਨ ਦਾ ਖੁੱਲ੍ਹਾ ਸਮਾਂ ਦਿੱਤਾ ਜਾਂਦਾ ਹੈ। ਹਰ ਸ਼ੁੱਕਰਵਾਰ ਨੂੰ ਇੱਕ ਬੀਬੀ ਜੋ ਅੰਮ੍ਰਿਤਧਾਰੀ ਵੀ ਹੈ ਤੇ ਮਨੋਵਿਗਿਆਨ ਦੀ PhD ਹੈ, ਬੱਚਿਆਂ ਨੂੰ ਸਿੱਖ ਧਰਮ ਬਾਰੇ ਕਲਾਸ ਲਗਾਉਂਦੀ ਹੈ। ਪਰ ਇਹਨਾਂ ਨੇ ਵੀ ਸ਼ਾਇਦ ਜ਼ਿਆਦਾ ਸੰਗਤ ਖਿੱਚਣ ਲਈ ਜਾਂ ਪਤਾ ਨਹੀਂ ਕਿਸ ਲਈ ਇੱਕ ਚਿੱਤਰਕਾਰ ਪਾਸੋਂ ਗੁਰਦੁਆਰਾ ਸਾਹਿਬ ਦੀ ਡਿਉੜੀ ਵਿੱਚ ਗੁਰੂਆਂ ਦੇ ਕਲਪਾ ਚਿੱਤਰ ਬਣਵਾਏ ਹਨ। ਇਹ ਪ੍ਰਬੰਧਕ ਬਹੁਤ ਸੋਹਣਾ ਪ੍ਰਬੰਧ ਚਲਾਉਂਦੇ ਸਨ ਤੇ ਸੰਗਤਾਂ ਖੁਸ਼ ਸਨ, ਪਰ ਇਹਨਾਂ ਕਲਪਤ ਤਸਵੀਰਾਂ ਕਾਰਨ ਪ੍ਰਬੰਧਕ ਚਰਚਿਤ ਹੋ ਗਏ ਹਨ। ਕਲਪਤ ਚਿੱਤਰਾਂ ਤੋਂ ਬਿਨਾਂ ਇੱਕ ਵੱਡੀ ਗਲਤੀ ਹੋਈ ਹੈ, ਉਹ ਇਹ ਕਿ ਇਹਨਾਂ ਕਲਪਤ ਚਿੱਤਰਾਂ ਦੀ ਘੁੰਡ ਚੁਕਾਈ ਜਾਂ ਉਦਘਾਟਨ ਪੰਜਾਂ ਪਿਆਰਿਆਂ ਦੁਆਰਾ ਕੀਤਾ ਹੈ।
ਇਹ ਨਵੀਂ ਹੀ ਪਰੰਪਰਾ ਸਥਾਪਿਤ ਹੋਈ ਕਿ ਕਲਪਤ ਤਸਵੀਰਾਂ ਜਾਂ ਬੁੱਤਾਂ ਦੀ ਸਥਾਪਨਾ ਪੰਜਾਂ ਪਿਆਰਿਆਂ ਨੇ ਅਰਦਾਸ ਕਰਕੇ ਕੀਤੀ। ਜਦੋਂ ਵੈਨਕੁਰ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਘੋੜ ਸਵਾਰ ਸਿੰਘਾਂ ਦੇ ਬੁੱਤ ਲਗਾਏ ਗਏ ਤਾਂ ਉਹਨਾਂ ਨੇ ਲਿਖਤੀ ਆਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਲਈ ਅਤੇ ਜੋ ਫੈਸਲੇ ਕੇਂਦਰੀ ਅਸਥਾਨ ਤੇ ਹੁੰਦੇ ਹਨ ਉਹਨਾਂ ਦੀ ਚਰਚਾ ਹਰ ਜ਼ੁਬਾਨ ਤੇ ਹੈ। ਇਸ ਨਵੀਂ ਪਿਰਤ ਗੁਰੂ ਘਰ ਦੀਆਂ ਕੰਧਾਂ ਡਿਉੜੀਆਂ ਉੱਤੇ ਕਲਪਤ ਤਸਵੀਰਾਂ ਨੂੰ ਬਣਾਉਣ ਲਈ ਪ੍ਰਵਾਨਗੀ ਸੰਗਤ ਦੀ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਪਰ ਅਜਿਹੇ ਆਪੋ ਤਾਪੀ ਜਾਂ ਬਿਨਾਂ ਸੋਚੇ ਸਮਝੇ ਫੈਸਲਿਆਂ ਨਾਲ ਗੁਰਮਤ ਦੇ ਪ੍ਰਚਾਰ ਵਿੱਚ ਜ਼ਿਆਦਾ ਵਾਧਾ ਨਹੀਂ ਹੁੰਦਾ। ਗੁਰਮਤ ਦੇ ਪ੍ਰਚਾਰ ਲਈ ਤਾਂ ਹੋਰ ਠੋਸ ਲੀਹਾਂ ਤੇ ਕੰਮ ਕੀਤਾ ਜਾ ਸਕਦਾ ਹੈ। ਵੈਨਕੂਵਰ ਦੇ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਕਲਪਤ ਤਸਵੀਰ ਲੱਗੀ ਹੋਈ ਹੈ ਜੋ ਆਕਾਰ ਵਿੱਚ ਬਹੁਤ ਵੱਡੀ ਵੀ ਹੈ। ਸਾਲ 1978 ਵਿੱਚ ਮੈਂ ਕਿਸੇ ਨੂੰ ਪੁੱਛਿਆ ਕਿ ਜਦੋਂ ਕਈ ਸਿੰਘ ਚੌਰ ਦੀ ਸੇਵਾ ਕਰਦੇ ਹਨ ਸਿੱਧੇ ਹੋ ਕੇ ਨਹੀਂ ਖੜਦੇ ਅਤੇ ਇੱਕ ਪਾਸੇ ਦੀ ਹੋ ਕੇ ਕਿਉਂ ਖੜਦੇ ਹਨ। ਉਸਨੇ ਕਿਹਾ ਇਹ ਬਹੁਤ ਸ਼ਰਧਾਲੂ ਹਨ, ਪਿੱਛੇ ਜੋ ਬਾਬੇ ਦੀ ਮੂਰਤ ਲੱਗੀ ਹੋਈ ਹੈ ਉਸ ਵੱਲ ਪਿੱਠ ਨਹੀਂ ਕਰਦੇ। ਉਸ ਮੂਰਤ ਦੇ ਅੱਗੇ ਵਿਸ਼ੇਸ਼ ਤੌਰ ਤੇ ਪਰਦਾ ਵੀ ਲਾਇਆ ਹੋਇਆ ਜੋ ਰਾਤ ਵੇਲੇ ਅੱਗੇ ਕਰ ਦਿੱਤਾ ਜਾਂਦਾ ਹੈ। ਇਹ ਵੱਖਰੇ ਤਰ੍ਹਾਂ ਦੀ ਤਸਵੀਰ ਨੂੰ ਨਾਨਕ ਸਾਹਿਬ ਠਾਠ ਵਾਲਿਆਂ ਬਣਵਾਇਆ। ਇੱਕ ਸਿੱਖ ਵਿਦਵਾਨ ਨੇ ਕਿਹਾ ਇਸ ਫੋਟੋ ਵਿੱਚ ਪੈਰ ਵੀ ਪੁੱਠਾ ਲਗਾਇਆ ਹੋਇਆ ਹੈ ਜਿਸ ਵਿੱਚ ਚਿੱਤਰਕਾਰ ਨੇ ਪਦਮ ਦਾ ਰੂਪ ਕਲਪ ਕੇ ਦਿਖਾਉਣ ਦਾ ਯਤਨ ਕੀਤਾ ਹੈ। ਇਸ ਮੂਰਤ ਨੂੰ ਉਹ ਅਸਲੀ ਮੂਰਤ ਦੱਸਦੇ ਹਨ। ਇਸ ਸੰਬੰਧ ਵਿੱਚ ਹਾਸੋਹੀਣੀ ਕਹਾਣੀ ਵੀ ਪ੍ਰਚਲਿਤ ਕੀਤੀ ਹੋਈ ਹੈ। ਜੇਕਰ ਮੰਨ ਵੀ ਲਈਏ ਕਿ ਉਹ ਮੂਰਤ ਗੁਰੂ ਨਾਨਕ ਸਾਹਿਬ ਦੀ ਅਸਲ ਮੂਰਤ ਹੈ ਤਾਂ ਉਸ ਤੋਂ ਕੀ ਪ੍ਰਾਪਤ ਹੋਏਗਾ? ਕੀ ਮੂਰਤ ਕੋਈ ਸੰਕਟ ਟਾਲ ਸਕਦੀ ਹੈ? ਕੀ ਮੂਰਤ ਸਿੱਖੀ ਦਾ ਪ੍ਰਚਾਰ ਕਰ ਸਕਦੀ ਹੈ? ਉਸ ਅਸਲ ਮੂਰਤ ਦੇ ਵਾਰਸਾਂ ਦੀ ਆਪਸ ਵਿੱਚ ਡੇਰੇ ਦੀ ਮਾਲਕੀ ਪਿੱਛੇ ਲੜਾਈ ਹੋਈ। ਬਾਬਾ ਈਸ਼ਰ ਸਿੰਘ ਤੋਂ ਪਿੱਛੋਂ ਚਾਰ ਬਾਬੇ ਬਣ ਗਏ। ਹਾਂ ਜੇਕਰ ਉਹਨਾਂ ਵਿੱਚ ਗੁਰਮਤ ਦਾ ਪ੍ਰਕਾਸ਼ ਹੁੰਦਾ ਤਾਂ ਕਦੀ ਲੜਾਈ ਨਾ ਹੁੰਦੀ ਅਤੇ ਇਹ ਅਸਥਾਨ ਸਿੱਖਾਂ ਦੇ ਕੇਂਦਰੀ ਅਸਥਾਨ ਦਾ ਹੀ ਹਿੱਸਾ ਹੁੰਦੇ। ਗੁਰਮਤ ਦਾ ਫੈਸਲਾ ਸਪਸ਼ਟ ਹੈ, ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ, ਪੰਨਾ 594। ਗੁਰੂ ਕਾਲ ਅੰਦਰ ਗੁਰੂਆਂ ਦੇ ਪ੍ਰਤੱਖ ਦਰਸ਼ਨ ਕਰਨ ਵਾਲੇ ਬਹੁਤ ਸਨ, ਪਰ ਸਿਰਫ ਦੇਖਣ ਨਾਲ ਹੀ ਕਿਸੇ ਦਾ ਕੋਈ ਪਾਰ ਉਤਾਰਾ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਸਨ, ਹੋਰ ਗੁਰੂਆਂ ਦੇ ਵੀ ਸਾਹਿਬਜ਼ਾਦੇ ਸਨ। ਅਸਲ ਵਿੱਚ ਉਹੀ ਪਾਰ ਉਤਰੇ ਜਿਨ੍ਹਾਂ ਨੇ ਗੁਰੂ ਦੇ ਹੁਕਮਾਂ ਅਤੇ ਸਿਧਾਂਤਾਂ ਨੂੰ ਆਪਣੇ ਪੱਲੇ ਪਾ ਕੇ ਕਮਾਇਆ। ਸਾਨੂੰ ਗੁਰਬਾਣੀ ਦੀਆਂ ਉਪਰੋਕਤ ਪੰਗਤੀਆਂ ਹਰ ਗੁਰਦੁਆਰਾ ਸਾਹਿਬ ਦੇ ਮੂਹਰੇ ਲਿਖਣੀਆਂ ਚਾਹੀਦੀਆਂ ਹਨ ਤੇ ਨਾਲ ਹੀ ਲਿਖਿਆ ਜਾਵੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਭਾਈ ਗੁਰਦਾਸ ਜੀ, ਵਾਰ 24, ਪੌੜੀ ਨੰਬਰ 25। ਗੁਰੂ ਪੰਥ ਨੇ ਰਹਿਤ ਮਰਜ਼ਾਦਾ ਅੰਦਰ ਗੁਰੂ ਦਰਸ਼ਨ ਦੀ ਸੰਖੇਪ ਵਿਆਖਿਆ ਵੀ ਕਰ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣਾ, ਗੁਰੂ ਰੂਪ ਸੰਗਤ ਦੇ ਅਦਬ ਨਾਲ ਦਰਸ਼ਨ ਕਰਨੇ ਤੇ ਆਵਾਜ਼ਾਂ ਵਾਕ ਲੈਣਾ ਜਾਂ ਸੁਣਨਾ ਸਤਿਗੁਰ ਦੇ ਦਰਸ਼ਨ ਹਨ। ਸਿੱਖ ਰਹਿਤ ਮਰਜ਼ਾਦਾ, ਪੰਨਾ 13। ਗੁਰਬਾਣੀ ਨੂੰ ਸਮਝ ਕੇ ਪੜ੍ਹੀਏ, ਸਮਝੀਏ ਅਤੇ ਗੁਰਬਾਣੀ ਨੂੰ ਆਧਾਰ ਬਣਾ ਕੇ ਜੀਵਨ ਜੀਵੀਏ ਤਾਂ ਸਾਡਾ ਭਲਾ ਹੈ। ਜੇਕਰ ਇਹਨਾਂ ਸਿਧਾਂਤਾਂ ਦੇ ਪ੍ਰਚਾਰ ਵਿੱਚ ਸਹਾਈ ਹੋਈਏ ਤਾਂ ਪੰਥ ਦਾ ਭਲਾ ਹੈ। ਭਾਈ ਗੁਰਦਾਸ ਜੀ ਵੀ ਸਾਨੂੰ ਇਸ ਤਰ੍ਹਾਂ ਦਾ ਸੁਨੇਹਾ ਦਿੰਦੇ ਹਨ, ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ ਸਮਝ ਸੁਨੇਹੀ, ਵਾਰ 1, ਪੌੜੀ ਨੰਬਰ 3। ਸ਼ਬਦ ਗੁਰੂ ਗੁਰ ਜਾਣੀਐ,
ਗੁਰਮੁਖ ਹੋਏ ਸੁਰਤ ਧੁਨ ਚੇਲਾ, ਸਾਧ ਸੰਗਤ ਸੱਚ ਖੰਡ ਵਿੱਚ, ਪ੍ਰੇਮ ਭਗਤ ਪਰਚੇ ਹੋਏ ਮੇਲਾ। ਵਾਰ ਸੱਤ ਪੌੜੀ ਨੰਬਰ 20 ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ। ਵਾਰ ਨੰਬਰ 9 ਪੌੜੀ ਨੰਬਰ 1। ਉਹਨਾਂ ਕਿਤੇ ਨਹੀਂ ਆਖਿਆ ਕਿ ਗੁਰੂ ਦੀ ਤਸਵੀਰ ਅੱਗੇ ਰੱਖ ਕੇ ਜਾਂ ਤਸਵੀਰ ਬਣਾ ਕੇ ਪੂਜਿਓ, ਸਗੋਂ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਸਾਡਾ ਗੁਰੂ ਸ਼ਬਦ ਹੈ, ਗਿਆਨ ਹੈ, ਉਸ ਵਿੱਚ ਸੁਰਤ ਜੋੜਨੀ ਤੇ ਸੰਗਤ ਵਿੱਚ ਬੈਠ ਕੇ ਆਨੰਦ ਲੈਣਾ ਹੀ ਗੁਰੂ ਦਾ ਚੇਲਾ ਬਣਨਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਨੂੰ ਹੁਕਮ ਕਰ ਦਿੱਤਾ ਕਿ ਉਹਨਾਂ ਦਾ ਅਸਲ ਸਰੂਪ ਕੀ ਹੈ ਤੇ ਸਾਨੂੰ ਕਿਸ ਤੇ ਲੜ ਲਾਇਆ। ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰਮ ਹੋਏ ਲਖੀਏ ਤੁਮਰਾ ਦਰਸ਼ ਕਹਾ, ਕਹੋ ਮੈਂ ਸਮਝਾਏ। ਨਾਲ ਹੀ ਉੱਤਰ ਲਿਖਦੇ ਹਨ, ਤੀਨ ਰੂਪ ਹੈ ਮੋਹ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ, ਕਹੇ ਤੋਹੇ ਸਮਝ ਆਏ। ਰਹਿਤਨਾਮਾ ਭਾਈ ਆਨੰਦ ਲਾਲ ਜੀ। ਇਹਨਾਂ ਬਚਨਾਂ ਦਾ ਖੁਲਾਸਾ ਭਾਈ ਕਾਨ ਸਿੰਘ ਜੀ ਨਾਭਾ ਇਸ ਤਰ੍ਹਾਂ ਕਰਦੇ ਹਨ, ਨੰਬਰ 1 ਨਿਰਗੁਣ, ਜੋ ਤਿੰਨਾਂ ਗੁਣਾਂ ਤੋਂ ਅਲੇਪ ਹੈ, ਨੰਬਰ 2 ਸਰਗੁਣ ਸ੍ਰੀ ਸਤਿਗੁਰੂ, ਨੰਬਰ 3 ਗੁਰੂ ਗ੍ਰੰਥ ਤੇ ਪੰਥ। ਪ੍ਰੇਮ ਸਮਾਰਗ ਦੇ ਕਰਤਾ ਨੇ ਵੀ ਉਪਰੋਕਤ ਵਿਚਾਰਾਂ ਨਾਲ ਰਲਦੇ ਮਿਲਦੇ ਵਿਚਾਰ ਦਿੱਤੇ ਹਨ। ਜੋ ਚਾਹੇ ਮੈਂ ਗੁਰੂ ਨਾਲ ਗੱਲਾਂ ਕਰਾਂ ਤਾਂ ਸ਼ਬਦ ਪੜੇ ਸਭ ਨਿਸ਼ਾ ਹੋਵੇ ਸੀ, ਔਰ ਜੋ ਚਾਹੇ ਕਿ ਦਰਸ਼ਨ ਕਰਾਂ, ਜਿੱਥੇ ਖਾਲਸੇ ਦਾ ਇਕੱਠ ਹੋਵੇ ਉੱਥੇ ਜਾਏ ਕੇ ਅਦਬ ਨਾਲ ਦਰਸ਼ਨ ਕਰੇ, ਪ੍ਰਤੀਤ ਕਰਕੇ ਦਰਸ਼ਨ ਗੁਰੂ ਦਾ ਪ੍ਰਾਪਤ ਹੋਏਗਾ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਗੁਰੂ ਜੀ ਦੇ ਹੁਕਮ ਦੀ ਵਿਆਖਿਆ ਕਈ ਇਤਿਹਾਸਕਾਰਾਂ ਨੇ ਵੀ ਕੀਤੀ, ਜਿਸ ਤੋਂ ਉਹਨਾਂ ਦੇ ਪੰਥ ਪ੍ਰਤੀ ਸੰਦੇਸ਼ ਸਪਸ਼ਟ ਹੁੰਦੇ ਹਨ। ਜਿਵੇਂ ਗੁਰੂ ਪੰਥ ਨੇ ਨਿਰਆਕਾਰ ਭਾਵ ਅਕਾਲ ਦੀ ਪੂਜਾ ਕਰਨੀ, ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰੂ ਮੰਨਣਾ ਅਤੇ ਗੁਰ ਸ਼ਬਦ ਦੀ ਖੋਜ ਜਾਂ ਵਿਚਾਰ ਕਰਨੀ, ਕਿਸੇ ਹੋਰ ਦੇਹਧਾਰੀ ਗੁਰੂ ਜਾਂ ਤਸਵੀਰ ਮੂਰਤ ਨੂੰ ਨਹੀਂ ਮੰਨਣਾ। ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ ਉਹਨਾਂ ਦੀ ਸਮਰੱਥਾ ਸੀ, ਉਹ ਆਪਣਾ ਚਿੱਤਰ ਕਿਸੇ ਵਧੀਆ ਚਿੱਤਰਕਾਰ ਪਾਸੋਂ ਬਣਵਾ ਸਕਦੇ ਸਨ। ਅਗਰ ਗੁਰੂ ਸਾਹਿਬਾਨ ਦੀ ਤਸਵੀਰ ਜਾਂ ਬੁੱਤਾਂ ਲਈ ਸ਼ੁੱਭ ਭਾਵਨਾ ਹੁੰਦੀ ਤਾਂ ਸਿੱਖ ਇਨਕਲਾਬ ਦਾ ਕੀ ਮਹੱਤਵ ਹੋਣਾ ਸੀ? ਜੋ ਕਰਮ ਸਨਾਤਨ ਧਰਮ ਵਾਲੇ ਕਰਦੇ ਸਨ ਉਹੀ ਅਸੀਂ ਕਰਦੇ ਹੋਣਾ ਸੀ। ਸਿੱਖ ਧਰਮ ਦੀ ਵਿਲੱਖਣਤਾ ਹੀ ਇਸ ਕਰਕੇ ਹੈ ਕਿ ਅਸੀਂ ਤਸਵੀਰਾਂ ਜਾਂ ਬੁੱਤਾਂ ਨੂੰ ਕੋਈ ਮਹੱਤਤਾ ਨਹੀਂ ਦਿੰਦੇ। ਅਸੀਂ ਤਾਂ ਗੁਰੂ ਗਿਆਨ ਜਾਂ ਸ਼ਬਦ ਦਾ ਆਸਰਾ ਤੱਕ ਕੇ ਜਾਂ ਖੋਜ ਕਰਕੇ ਅਕਾਲ ਦੇ ਪੁਜਾਰੀ ਬਣੇ ਰਹਿਣਾ ਹੈ। ਸਾਡਾ ਪੰਥਕ ਤ੍ਰੈਨੁਕਤਾ ਸਿਧਾਂਤ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਅਸੀਂ ਗੁਰੂ ਹੁਕਮਾਂ ਨੂੰ ਖਿੜੇ ਮੱਥੇ ਮੰਨੀਏ ਤੇ ਗੁਰੂ ਦੀਆਂ ਕਲਪਤ ਤਸਵੀਰਾਂ ਨਾ ਖਰੀਦੀਏ ਤੇ ਨਾ ਹੀ ਕਿਸੇ ਥਾਂ ਲਗਾਈਏ, ਕਿਉਂਕਿ ਗੁਰ ਸ਼ਬਦ ਵਿੱਚ ਯਕੀਨ ਰੱਖਣ ਵਾਲੇ ਨੂੰ ਕਿਸੇ ਗੁਰੂ ਦੀ ਕਲਪਤ ਤਸਵੀਰ ਜਾਂ ਮੂਰਤੀ ਦੀ ਜ਼ਰੂਰਤ ਨਹੀਂ ਹੈ। ਵਿਸ਼ੇਸ਼ ਨੋਟ, ਸਰਦਾਰ ਸ਼ੋਭਾ ਸਿੰਘ ਚਿੱਤਰਕਾਰ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਤ ਮੂਰਤ ਬਣਾਈ ਹੈ, ਉਸ ਨੇ ਪਹਿਲਾਂ ਇੱਕ ਦਰਸ਼ਨੀ ਭਾਈ ਭਾਗ ਸਿੰਘ ਗੁਰਦਾਸਪੁਰ ਦੀ ਫੋਟੋ ਖਿੱਚੀ ਸੀ ਤੇ ਉਸਦਾ ਚਿਹਰਾ ਪ੍ਰਭਾਵਮਈ ਸੀ। ਸ਼ੋਭਾ ਸਿੰਘ ਨੇ ਬੁਰਸ਼ ਨਾਲ ਕੁਝ ਨਵਾਂ ਨਿਖਾਰ ਦੇ ਕੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਚਿੱਤਰ ਆਖ ਦਿੱਤਾ। ਇਹ ਗੱਲ ਮੈਨੂੰ 1978 ਵਿੱਚ ਸਿੱਖ ਮਿਸ਼ਨਰੀ ਸਰਦਾਰ ਸੰਤੋਖ ਸਿੰਘ ਆਸਟ੍ਰੇਲੀਆ ਨੇ ਦੱਸੀ ਸੀ। ਹੋਰ ਵੀ ਤਸਵੀਰਾਂ ਇੰਜ ਹੀ ਬਣਾਈਆਂ ਹੋਣਗੀਆਂ। ਇੱਕ ਹੋਰ ਵਿਸ਼ੇਸ਼ ਤੇ ਇਤਿਹਾਸਕ ਦੁਖਾਂਤ ਇਹ ਹੈ
ਜਿਵੇਂ ਅਸੀਂ ਵਿਪਰਨ ਰੀਤਾਂ ਪ੍ਰਚਲਿਤ ਕਰਨ ਦਾ ਦੋਸ਼ ਨਿਰਮਲੇ ਤੇ ਉਦਾਸੀ ਸਾਧਾਂ ਸਿਰ ਮੜਦੇ ਹਾਂ ਅਤੇ ਤਸਵੀਰਾਂ ਤੇ ਬੁੱਤ ਪੂਜਾ ਵੀ ਉਹਨਾਂ ਦੇ ਹੱਥੀਂ ਸ਼ੁਰੂ ਹੋਈ ਮੰਨਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਦੇਵੀ ਦੇਵਤਿਆਂ ਦੇ ਬੁੱਤ ਰੱਖੇ ਹੋਏ ਸਨ ਅਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਤ ਮੂਰਤ ਵੀ ਸੀ ਜਿਸ ਵਿੱਚ ਉਹਨਾਂ ਨੂੰ ਦੇਵੀ ਕੋਲੋਂ ਵਰ ਲੈਣ ਲਈ ਜੋਦੜੀ ਕਰਦੇ ਵਿਖਾਇਆ ਹੋਇਆ ਸੀ। ਇਹਨਾਂ ਬੁੱਤਾਂ ਨੂੰ ਪਰਿਕਰਮਾ ਤੋਂ ਲਾਂਭੇ ਕਰਨ ਲਈ ਵਿਸ਼ੇਸ਼ ਲਹਿਰ ਚੱਲੀ। ਇਹ ਪੰਥ ਦੇ ਭਲੇ ਦਾ ਕੰਮ ਭਾਈ ਕਾਨ ਸਿੰਘ ਜੀ ਨਾਭਾ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਕਰਵਾਇਆ। ਉਸ ਨੂੰ ਗੁਰਮਤ ਬਾਰੇ ਦੱਸਿਆ ਗਿਆ। ਹਿੰਦੂਆਂ ਅਤੇ ਕੁਝ ਸਨਾਤਨੀ ਸਿੱਖਾਂ ਨੇ ਬੁੱਤ ਚੁੱਕੇ ਜਾਣ ਤੇ ਵਿਰੋਧ ਵੀ ਕੀਤਾ। ਇਹ ਬੁੱਤ 1905 ਵਿੱਚ ਚੁੱਕੇ ਗਏ ਸਨ। ਖਾਲਸਾ ਜੀ, ਅਸੀਂ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਤਸਵੀਰਾਂ ਬਣਾ ਕੇ ਕਿਤੇ ਬੁੱਤ ਪੂਜਾ ਪਰੰਪਰਾ ਦੀ ਨੀਂਹ ਤਾਂ ਨਹੀਂ ਰੱਖ ਰਹੇ। ਦੇਖਿਓ ਵਿਪਰ ਲੋਕਾਂ ਦੀ ਸਾਜਿਸ਼ ਵਿੱਚ ਭਾਈਵਾਲ ਨਾ ਬਣ ਜਾਣਾ। ਹਵਾਲਾ: ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ। ਆਵਾਜ਼ ਭਾਈ ਗੁਰਜੰਡ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।